ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਅੱਜ ਆਪਾਂ ਸਾਰਾ ਹੀ ਇਲਾਕਾ ਰਲ ਮਿਲ ਕੇ ਜੋ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਾਲਾਨਾ ਵਰਸ਼ੀ ਸਮਾਗਮ ਬਾਬਾ ਬਲਦੇਵ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜਾ ਹੀ ਪਿਆਰ ਦੇ ਨਾਲ ਇਹ ਬਾਬਾ ਜੀ ਦਾ ਸਮਾਗਮ ਆਪਾਂ ਮਨਾ ਰਹੇ ਹਾਂ। ਸਤਿਗੁਰੂ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਨਾਮ ਦੀ ਅਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ। ਜਿਨ੍ਹਾਂ ਨੇ ਨਾਮ ਜਪਿਆ ਸੇਵਾ ਕੀਤੀ ਸ੍ਰੇਸ਼ਟ ਕਰਮ ਕੀਤੇ ਉਹਨਾਂ ਦਾ ਆਇਆ ਹੋਇਆ ਜੱਗ 'ਤੇ ਧੰਨ ਹੈ। ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਨਾਮ ਜਪਣ ਵਾਲਿਆਂ ਨੂੰ ਹੀ ਧੰਨਤਾ ਦਾ ਖਿਤਾਬ ਦਿੱਤਾ ਗਿਆ ਹੈ। ਜਿੱਥੇ ਅੱਜ ਬਾਬਾ ਆਨੰਦ ਸਿੰਘ ਜੀ ਦੀ ਵਰਸ਼ੀ ਦੀ ਯਾਦ ਵਿੱਚ ਸੰਗਤਾਂ ਜੁੜ ਬੈਠੀਆਂ ਨੇ ਸਾਨੂੰ ਬੈਠੇ ਬੈਠਿਆਂ ਨੂੰ ਇਹ ਖਿਆਲ ਆਇਆ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਐਸੀ ਮਰਯਾਦਾ ਬਣਾਈ ਜੋ ਪੂਰਨ ਗੁਰਮਤਿ ਦੇ ਅਨੁਸਾਰ ਇੱਕ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਗੁਰਮਤਿ ਤੋਂ ਬਾਹਰ ਹੋਵੇ। ਧੰਨ ਬਾਬਾ ਆਨੰਦ ਸਿੰਘ ਜੀ ਦਾ ਜਿੰਨੇ ਵੀ ਕੋਈ ਉੱਥੇ ਕੀਰਤਨ ਕਰਨ ਵਾਲੇ ਰਾਗੀ ਸਿੰਘ ਜਾਂਦੇ ਸਨ ਜਾਂ ਸੁਬਹਾ ਸ਼ਾਮ ਨਾਨਕਸਰ ਕਲੇਰਾਂ ਦੇ ਵਿੱਚ ਮੇਨ ਦਰਬਾਰ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਨੇ, ਜੋ ਵੀ ਕਿਸੇ ਗੁਰੂ ਦਾ ਕੋਈ ਸ਼ਹੀਦੀ ਪੁਰਬ ਜਾਂ ਕੋਈ ਅਵਤਾਰ ਪੁਰਬ ਕਿਸੇ ਭਗਤ ਦਾ ਆਗਮਨ ਪੁਰਬ ਜਿਸ ਦਿਨ ਵੀ ਹੁੰਦਾ ਹੈ ਉਸੇ ਆਸੇ ਅਨੁਸਾਰ ਬਾਬਾ ਆਨੰਦ ਸਿੰਘ ਜੀ ਰਾਗੀ ਸਿੰਘਾਂ ਤੋਂ ਕੀਰਤਨ ਕਰਵਾਇਆ ਕਰਦੇ ਸਨ। ਅੱਜ ਜੋ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਉਹਨਾਂ ਦਾ ਵੀ ਆਗਮਨ ਪੁਰਬ ਬੜੀ ਧੂਮਧਾਮ ਦੇ ਨਾਲ ਸੰਗਤਾਂ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤ ਬੈਠੀ ਹੈ ਉਹਨਾਂ ਦਾ ਆਗਮਨ ਪੁਰਬ ਬੜੇ ਪਿਆਰ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ। ਬਾਬਾ ਫਰੀਦ ਜੀ ਜੋ ਕਿ 15 ਭਗਤਾਂ ਦੀ ਬਾਣੀ ਸਤਿਗੁਰਾਂ ਦੇ ਵਿੱਚ ਅੰਕਿਤ ਹੈ, 15 ਭਗਤਾਂ ਦੇ ਵਿੱਚੋਂ ਸਭ ਤੋਂ ਜਿਹੜੇ ਪਹਿਲੇ ਭਗਤ ਹੋਏ ਨੇ ਉਹ ਭਗਤ ਫਰੀਦ ਜੀ ਹੋਏ ਹਨ। ਭਗਤ ਫਰੀਦ ਜੀ 199 ਸਾਲ ਪਹਿਲਾਂ ਗੁਰੂ ਨਾਨਕ ਜੀ ਦੇ ਅਵਤਾਰ ਪੁਰਬ ਤੋਂ ਹੋਏ, ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ 199 ਸਾਲ ਪਹਿਲਾਂ ਭਗਤ ਫਰੀਦ ਜੀ ਹੋਏ ਨੇ, ਭਾਵ ਕਿ 200 ਸਾਲ ਪਹਿਲਾਂ। ਇਹਨਾਂ ਦਾ ਜਿਹੜਾ ਪ੍ਰਕਾਸ਼ ਹੈ ਆਗਮਨ ਅਫਗਾਨਿਸਤਾਨ ਦੇ ਵਿੱਚ ਹੋਇਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਇਹਨਾਂ ਦਾ ਜੀਵਨ ਪੜ੍ਹਦੇ ਹਾਂ ਪਤਾ ਚੱਲਦਾ ਕਿ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ ਅਫਗਾਨਿਸਤਾਨ ਦੇ ਬਾਦਸ਼ਾਹ ਸਨ। ਉੱਥੇ ਐਸਾ ਸਮੇਂ ਨੇ ਕਰਵਟ ਬਦਲਿਆ, ਜੁਨੇਦ ਖਾਨ ਨੇ ਅਫਗਾਨਿਸਤਾਨ 'ਤੇ ਚੜ੍ਹਾਈ ਕਰ ਦਿੱਤੀ। ਜਿੰਨੇ ਇਹਨਾਂ ਦੇ ਵੱਡੇ ਵਡੇਰੇ ਸਨ ਭਗਤ ਫਰੀਦ ਜੀ ਦੇ ਉਹ ਇਸ ਜੁਨੇਦ ਖਾਨ ਦੇ ਹਮਲੇ ਵਿੱਚ ਸ਼ਹੀਦ ਹੋ ਗਏ ਅਤੇ ਸ਼ੇਖ ਫਰੀਦ ਜੀ ਦੇ ਦਾਦਾ ਜੀ ਸਾਰੇ ਹੀ ਪਰਿਵਾਰ ਨੂੰ ਨਾਲ ਲੈ ਕੇ ਮੁਲਤਾਨ ਸ਼ਹਿਰ ਆ ਗਏ।
ਮੁਲਤਾਨ ਸ਼ਹਿਰ ਦੇ ਕੋਲ ਇੱਕ ਕਰੋਤਵਾਲ ਪਿੰਡ ਹੈ। ਉਸ ਨਗਰ ਦੇ ਵਿੱਚ ਆ ਕੇ ਸਾਰੇ ਪਰਿਵਾਰ ਨੇ ਵਾਸਾ ਕੀਤਾ ਅਤੇ ਹੁਣ ਦੇਖੋ ਉੱਥੋਂ ਹਾਰ ਕੇ ਆਏ ਸਨ। ਬੜਾ ਵੱਡਾ ਨੁਕਸਾਨ ਹੋਇਆ ਸੀ। ਰਾਜੇ ਮਹਾਰਾਜੇ ਸਨ, ਇੰਨੇ ਸੁੱਖ ਦੇਖੇ ਸਨ, ਇੱਥੇ ਆ ਕੇ ਜਦੋਂ ਬੈਠ ਗਏ। ਇੱਥੋਂ ਦਾ ਇੱਕ ਕਾਜ਼ੀ ਸੀਗਾ ਜਿਹਦਾ ਬਾਦਸ਼ਾਹ ਦੇ ਨਾਲ ਬੜਾ ਪਿਆਰ ਸੀ, ਮੁਲਤਾਨ ਦੇ ਨਾਲ। ਇਹ ਪਹਿਲਾਂ ਰਾਜੇ ਮਹਾਰਾਜੇ ਸਨ। ਕੋਈ ਐਸੀ ਭਾਵੀ ਵਰਤ ਗਈ, ਜਨੇਦ ਖਾਨ ਦੇ ਹਮਲੇ ਨਾਲ ਵੱਡੇ ਵਡੇਰੇ ਸ਼ਹੀਦ ਹੋ ਗਏ। ਇਹ ਇੱਥੇ ਆ ਕੇ ਵਸੇ ਹਨ, ਬੜੇ ਪਿਆਰ ਵਾਲੇ ਹਨ। ਕਾਜ਼ੀ ਦੀ ਚੱਲਦੀ ਸੀ ਅਤੇ ਬਾਦਸ਼ਾਹ ਨੇ ਇਹਨਾਂ ਦੇ ਪਰਿਵਾਰ ਨੂੰ ਕੀ ਕੀਤਾ, ਜਿਹੜਾ ਕਰੋਤਵਾਲ ਪਿੰਡ ਹੈ ਸਾਰੀ ਜ਼ਮੀਨ ਜਾਇਦਾਦ ਇਹਨਾਂ ਦੇ ਦਾਦਾ ਦੇ ਨਾਮ ਕਰਾ ਦਿੱਤੀ। ਕਹਿੰਦੇ ਜੋ ਵੀ ਮਾਮਲਾ ਠੇਕਾ ਹੋਇਆ ਕਰੂਗਾ ਵੀ ਤੁਸੀਂ ਇਹਦੀ ਵਰਤੋਂ ਕਰਿਆ ਕਰੋ। ਹੁਣ ਇੱਥੇ ਆ ਕੇ ਇਹ ਰਹਿਣ ਲੱਗ ਗਏ, ਕਿਉਂਕਿ ਇਤਿਹਾਸ ਬੜਾ ਵੱਡਾ ਹੈ, 15 ਮਿੰਟ 'ਚ ਸਮਾਪਤ ਨਹੀਂ ਹੋ ਸਕਦਾ, ਆਪਾਂ 5-6 ਝਾਤ ਮਾਰ ਕੇ ਨਿਕਲਣਾ। ਜਦੋਂ ਇੱਥੇ ਆ ਕੇ ਇਹ ਰਹਿਣ ਲੱਗ ਗਏ ਅਤੇ ਜਿਹੜੀ ਭਗਤ ਫਰੀਦ ਜੀ ਦੀ ਮਾਤਾ ਜੀ ਸਨ, ਇਹ ਮਹਿਰੀਮ ਘਰਾਣੇ 'ਚੋਂ ਸਨ, ਜਿਹੜੇ ਮੁਹੰਮਦ ਸਾਹਿਬ ਜੀ ਦਾ ਘਰਾਣਾ ਸੀ, ਬੜੇ ਧਾਰਮਿਕ ਖਿਆਲਾਂ ਵਾਲੇ ਸਨ। ਇਹਨਾਂ ਦੇ ਮਨ ਦੀ ਇੱਛਾ ਸੀ ਵੀ ਜਿਹੜਾ ਸਾਡਾ ਸਪੁੱਤਰ ਹੈ ਸ਼ੇਖ ਫਰੀਦ, ਇਹ ਬੜਾ ਵੱਡਾ ਭਗਤ ਬਣੇ, ਨਾਮ ਜਪਣ ਵਾਲਾ ਬਣੇ, ਚੰਗੇ ਕੰਮ ਕਰਨ ਵਾਲਾ ਬਣੇ, ਕਿਉਂਕਿ ਗੁਰਮੁਖ ਪਿਆਰਿਓ ਜਿਹੋ ਜੀ ਆਪਣੀ ਸੋਚ ਹੁੰਦੀ ਹੈ, ਆਪਣਾ ਜੀਵਨ ਹੁੰਦਾ ਹੈ, ਆਪਾਂ ਵੀ ਚਾਹੁੰਦੇ ਹਾਂ ਵੀ ਸਾਡੇ ਬੱਚੇ ਵੀ ਉਸੇ ਤਰ੍ਹਾਂ ਹੀ ਉਸੇ ਮਾਰਗ 'ਤੇ ਚੱਲਣ। ਜਿਵੇਂ ਤੁਸੀਂ ਅੱਜ ਦੇਖੋ ਹਨੇਰੇ ਵਿੱਚ ਕਿਤੋਂ ਕੋਈ ਇੰਨੇ ਦੂਰ ਦੂਰ ਤੋਂ ਸੰਗਤਾਂ ਦੀਵਾਨ ਦੇ ਵਿੱਚ ਪਹੁੰਚ ਰਹੀਆਂ ਨੇ ਅਤੇ ਜਿੰਨੇ ਵੀ ਸਿੱਖ ਸੰਗਤਾਂ ਨਾਮ ਜਪਣ ਵਾਲੀਆਂ, ਸੰਗਤ ਕਰਨ ਵਾਲੀਆਂ ਬਾਬਾ ਜੀ ਦੇ ਘਰ ਦੇ ਨਾਲ, ਤੁਹਾਡੇ ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਹੈ ਵੀ ਸਾਡੇ ਬੱਚੇ ਵੀ ਸਤਸੰਗੀ ਬਣਨ, ਨਾਮ ਜਪਣ, ਇਹ ਵੀ ਮਹਾਂਪੁਰਸ਼ਾਂ ਦੀ ਸੰਗਤ ਕਰਨ। ਇਉਂ ਇਹਨਾਂ ਦੇ ਮਾਂ ਦੀ ਵੀ ਇੱਛਾ ਸੀ, ਕਿਉਂਕਿ ਮੁਹੰਮਦ ਸਾਹਿਬ ਦੇ ਘਰਾਣੇ 'ਚੋਂ ਸਨ, ਬੜੇ ਧਾਰਮਿਕ ਖਿਆਲਾਂ ਵਾਲੇ ਸਨ, ਕਿ ਮੇਰਾ ਬੱਚਾ ਜਿਹੜਾ ਨਾਮ ਜਪੇ। ਇਹਨਾਂ ਨੇ ਬਚਪਨ ਦੇ ਵਿੱਚ ਹੀ ਜਦੋਂ ਭਗਤ ਫਰੀਦ ਜੀ ਸਨ, ਆਪਣੇ ਪੁੱਤਰ ਨੂੰ ਕਿਹਾ ਕਿ ਬੇਟਾ ਅੰਮ੍ਰਿਤ ਵੇਲੇ ਉੱਠ ਕੇ, ਸੁਬਹਾ ਉੱਠ ਕੇ ਅੱਲਾਹ ਤਾਲਾ ਦੀ ਇਬਾਦਤ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ। ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਨਾਮ ਜਪਿਆ ਕਰ ਜਾਂ ਬੰਦਗੀ ਕਰਿਆ ਕਰ, ਆਹ ਕੰਮ ਕਰਿਆ ਕਰ, ਅਤੇ ਬੱਚੇ ਅੱਗੋਂ ਸਵਾਲ ਕਰਦੇ ਨੇ ਵੀ ਸਾਨੂੰ ਕੀ ਮਿਲੇਗਾ, ਅਤੇ ਉਹ ਕਹਿਣ ਲੱਗੇ, ਇਹ ਭਗਤ ਫਰੀਦ ਜੀ ਨੇ ਵੀ ਸਵਾਲ ਕੀਤਾ ਮਾਤਾ ਜੀ ਦੇ ਕੋਲ, ਕਹਿੰਦੇ ਮਾਤਾ ਜੀ ਬੰਦਗੀ ਕਰਨ ਨਾਲ, ਸਿਮਰਨ ਕਰਨ ਦੇ ਨਾਲ ਕੀ ਮਿਲਦਾ ਹੈ। ਮਾਂ ਨੂੰ ਪਤਾ ਸੀ ਵੀ ਇਹ ਜਿਹੜਾ ਬੱਚਾ ਹੈ ਸ਼ੇਖ ਫਰੀਦ, ਇਹਨੂੰ ਸ਼ੱਕਰ ਖਾਣ ਦਾ ਬੜਾ ਸ਼ੌਕ ਹੈ। ਕਹਿਣ ਲੱਗੇ, ਪੁੱਤ ਜੇ ਤੂੰ ਅੱਲਾਹ ਤਾਲਾ ਦੀ ਬੰਦਗੀ ਕਰਿਆ ਕਰੇਗਾ ਤਾਂ ਅੱਲਾਹ ਤਾਲਾ ਤੈਨੂੰ ਬਹੁਤ ਸ਼ੱਕਰ ਦਿਆ ਕਰੇਗਾ। ਸ਼ੱਕਰ ਦੇ ਲਾਲਚ ਵਿੱਚ ਲੱਗ ਕੇ ਭਗਤ ਫਰੀਦ ਜੀ ਬੰਦਗੀ ਕਰਨ ਲੱਗ ਗਏ। ਭਗਤ ਫਰੀਦ ਜੀ ਦੀ ਮਾਤਾ ਨੇ ਕੀ ਕਰਿਆ ਕਰਨਾ, ਇਹਨਾਂ ਦੇ ਮਸੱਲੇ ਥੱਲੇ, ਦਰੀ ਦੇ ਥੱਲੇ ਥੋੜ੍ਹੀ ਜਿਹੀ ਸ਼ੱਕਰ ਰੱਖ ਦਿਆ ਕਰਨੀ, ਅਤੇ ਭਗਤ ਫਰੀਦ ਜੀ ਨੇ ਅੱਲਾਹ ਤਾਲਾ ਦੀ ਇਬਾਦਤ ਕਰਨੀ, ਨਾਮ ਜਪਣਾ। ਜਦੋਂ ਨਾਮ ਜਪ ਕੇ ਉੱਠਣਾ, ਦਰੀ ਝਾੜਨੀ, ਉਹਦੇ ਥੱਲੇ ਸ਼ੱਕਰ ਮਿਲਣੀ, ਖਾ ਕੇ ਬੜਾ ਖੁਸ਼ ਹੋਣਾ। ਸ਼ੱਕਰ ਦੇ ਲਾਲਚ ਦੇ ਵਿੱਚ ਇਉਂ ਬੰਦਗੀ ਕਰਦੇ ਰਹੇ, ਸਮਾਂ ਬੀਤਦਾ ਗਿਆ। ਇੱਕ ਦਿਨ ਕਿਤੇ ਮਾਤਾ ਜੀ ਬਾਹਰ ਚਲੇ ਗਏ ਰਿਸ਼ਤੇਦਾਰੀ ਵਿੱਚ, ਇਹ ਫਰੀਦ ਜੀ ਆਪਦੇ ਨੇਮ ਅਨੁਸਾਰ ਉੱਠੇ। ਜਦੋਂ ਬੰਦਗੀ ਕਰਨ ਬੈਠੇ, ਇੱਧਰ ਮਾਤਾ ਸੋਚਦੀ ਆ ਵੀ ਅੱਜ ਪੁੱਤਰ ਨੂੰ ਸ਼ੱਕਰ ਕੌਣ ਰੱਖੇਗਾ, ਵੀ ਮੈਂ ਤਾਂ ਇੱਧਰ ਬਾਹਰ ਆ ਗਈ। ਇੱਧਰ ਜਦੋਂ ਭਗਤ ਫਰੀਦ ਜੀ ਬੰਦਗੀ ਕਰਦੇ ਕਰਦੇ ਸਿਮਰਨ ਕਰਦਿਆਂ, ਸਿਮਰਨ ਕਰਕੇ ਹਟੇ, ਦਰੀ ਝਾੜੀ ਅਤੇ ਸ਼ੱਕਰ ਉਵੇਂ ਉਸੇ ਤਰ੍ਹਾਂ ਪਈ। ਜਦੋਂ ਉਹ ਸ਼ੱਕਰ ਖਾਧੀ, ਬੜੀ ਸਵਾਦ ਲੱਗੀ, ਕਿਉਂਕਿ ਉਹ ਅੱਲਾਹ ਤਾਲਾ ਦੀ ਸ਼ੱਕਰ ਸੀ, ਕਿੱਥੇ ਘਰ ਦੀ ਚੀਜ਼, ਕਿੱਥੇ ਪਰਮਾਤਮਾ ਦੇ ਦਰ ਦੀ ਚੀਜ਼।
ਇਉਂ ਬੰਦਗੀ ਕਰਦੇ ਰਹੇ, ਐਸਾ ਕੌਤਕ ਵਰਤਿਆ, ਹੁਣ ਵਿਰਾਗ ਆ ਗਿਆ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦਾ। ਐਸਾ ਵਿਰਾਗ ਆਇਆ ਕਿਉਂਕਿ ਵਿਰਾਗ ਤੋਂ ਬਿਨਾਂ ਮਾਇਆ ਦੇ ਫੰਦੇ ਨਹੀਂ ਛੁੱਟਦੇ, ਮਾਇਆ ਦੀ ਪਕੜ ਨਹੀਂ ਛੁੱਟਦੀ। ਮਹਾਰਾਜ ਕਹਿੰਦੇ ਨੇ ਬਿਨ ਵਿਰਾਗ ਨਾ ਛੂਟਸ ਪਟਲ, ਕਹਿੰਦੇ ਜਿਹੜੇ ਮਾਇਆ ਦੇ ਪੜਦੇ ਨੇ ਇਹ ਵਿਰਾਗ ਤੋਂ ਬਿਨਾਂ ਨਹੀਂ ਹਟਦੇ। ਵਿਰਾਗ ਦੇ ਵਿੱਚ ਜੰਗਲ ਦੇ ਵਿੱਚ ਤਪੱਸਿਆ ਕਰਨ ਚਲੇ ਗਏ। 12 ਸਾਲ ਸ਼ੇਖ ਫਰੀਦ ਜੀ ਨੇ ਬੜਾ ਘੋਰ ਤਪ ਕੀਤਾ। ਆਪਾਂ ਇਤਿਹਾਸ ਸੁਣਦੇ ਹਾਂ, ਇੰਨੀ ਬੰਦਗੀ ਕੀਤੀ, ਪੱਤੇ ਸੂਤ ਸੂਤ ਕੇ ਖਾਂਦੇ ਰਹੇ, ਦਰਖਤਾਂ ਦੀ ਰੋਟੀ ਮੇਰੀ ਕਾਠ ਕੀ, ਲਾਹਵਣ ਮੇਰੀ ਭੁੱਖ, ਇਹ ਐਸੀ ਅਵਸਥਾ ਬਣ ਗਈ। ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰਦੇ ਰਹੇ। ਜਦੋਂ 12 ਸਾਲ ਬੰਦਗੀ ਕਰਦਿਆਂ ਨੂੰ ਹੋ ਗਏ, ਇੰਨਾ ਤਪ ਕੀਤਾ, ਇੰਨੀ ਬੰਦਗੀ ਕੀਤੀ, ਇੱਕ ਦਿਨ ਮਨ ਦੇ ਵਿੱਚ ਮਾਂ ਦਾ ਪਿਆਰ ਜਾਗਿਆ ਵੀ ਮੈਂ ਆਪਦੀ ਮਾਂ ਨੂੰ ਮਿਲ ਕੇ ਆਵਾਂ। ਹੁਣ ਮਾਂ ਨੂੰ ਮਿਲਣ ਵਾਸਤੇ ਤਪੱਸਿਆ ਕਰਦੇ ਕਰਦੇ ਗੁਰਮੁਖ ਉੱਥੋਂ ਤੁਰ ਪਏ। ਜਦੋਂ ਹੁਣ ਇੱਥੇ ਪਹੁੰਚੇ, ਰਸਤੇ ਵਿੱਚ ਇੱਕ ਦਰਖਤ ਦੇ ਹੇਠਾਂ ਆਰਾਮ ਕਰਨ ਲੱਗ ਗਏ। ਸਰੀਰ ਥੱਕ ਗਿਆ ਕਿਉਂਕਿ ਤੁਰ ਕੇ ਆ ਰਹੇ ਸਨ, ਰੁੱਖੀ ਸੁੱਖੀ ਰੋਟੀ ਖਾਂਦੇ ਸਨ, ਸਰੀਰ ਦੇ ਵਿੱਚ ਉਹ ਤਾਕਤ ਦੇ ਬਲ ਵੀ ਨਹੀਂ ਰਿਹਾ ਸੀਗਾ। ਜਦੋਂ ਆ ਕੇ ਦਰਖਤ ਦੇ ਹੇਠਾਂ ਬੈਠ ਗਏ ਅਤੇ ਦਰਖਤ ਦੇ ਹੇਠਾਂ ਬੈਠਿਆਂ ਬੈਠਿਆਂ ਆਰਾਮ ਕਰ ਰਹੇ ਨੇ ਅਤੇ ਦਰਖਤ 'ਤੇ ਚਿੜੀਆਂ ਸਨ, ਉਹ ਰੌਲਾ ਪਾਉਣ ਲੱਗ ਗਈਆਂ। ਜਦੋਂ ਰੌਲਾ ਪਾਉਂਦੀਆਂ ਨੇ, ਭਗਤ ਜੀ ਨੂੰ ਆਰਾਮ ਨਹੀਂ ਕਰਨ ਦਿੰਦੀਆਂ, ਅਤੇ ਫਿਰ ਇਹਨਾਂ ਨੂੰ ਮਾੜਾ ਜਿਹਾ ਗੁੱਸਾ ਆਇਆ, ਕ੍ਰੋਧ ਆਇਆ, 2-3 ਵਾਰੀ ਹਟਾਈਆਂ ਨਾ ਹਟੀਆਂ ਅਤੇ ਸਹਿਜ ਸੁਭਾਅ ਵੀ ਮੂੰਹ 'ਚੋਂ ਨਿਕਲ ਗਿਆ ਕਿ ਚਿੜੀਓ ਮਰ ਜਾਓ। ਇੰਨੀ ਗੱਲ ਕਹਿਣ ਦੀ ਦੇਰ ਸਹੀ, ਜਿੰਨੀਆਂ ਵੀ ਚਿੜੀਆਂ ਸਨ ਨਾ ਗੁਰਮੁਖੋ ਦਰਖਤ 'ਤੇ ਬੈਠੀਆਂ, ਸਾਰੀਆਂ ਮਰ ਕੇ ਥੱਲੇ ਧਰਤੀ 'ਤੇ ਡਿੱਗ ਪਈਆਂ। ਆਖੋ ਸਤਨਾਮ। ਜਦੋਂ ਮਰੀਆਂ ਨੂੰ ਦੇਖਿਆ, ਫਿਰ ਮਨ ਦੇ ਵਿੱਚ ਇਹ ਵਿਰਾਗ ਆ ਗਿਆ ਵੀ ਤੂੰ ਸਾਧੂ ਬੰਦਾ, ਇੰਨਾ ਤਪ ਕੀਤਾ ਅਤੇ ਇਹ ਵਿਚਾਰੀਆਂ ਬੇਜਵਾਨ ਮਾਰ ਦਿੱਤੀਆਂ। ਤਰਸ ਆ ਗਿਆ, ਐਸਾ ਤਰਸ ਆਇਆ, ਬਚਨ ਕਰਤਾ ਕਹਿੰਦੇ ਚਿੜੀਓ ਜਿਉਂ ਪੋ। ਇੰਨੀ ਗੱਲ ਕਹਿਣ ਦੀ ਦੇਰ ਸੀ, ਸਾਰੀਆਂ ਚਿੜੀਆਂ ਫਿਰ ਉਡਾਰੀ ਮਾਰ ਕੇ ਦਰਖਤ 'ਤੇ ਬੈਠ ਗਈਆਂ। ਹੁਣ ਮਨ ਦੇ ਵਿੱਚ ਸੂਖਮ ਹੰਕਾਰ ਵੀ ਆ ਗਿਆ ਕਿ ਫਰੀਦ ਮਨ ਨਾਲ ਗੱਲਾਂ ਕਰਦੇ ਨੇ ਵੀ ਤੂੰ ਬਹੁਤ ਬੰਦਗੀ ਕਰ ਲਈ, ਤਪੱਸਿਆ ਕਰ ਲਈ, ਵੀ ਤੇਰੇ ਹੁਣ ਬਚਨ ਪੂਰੇ ਹੋਣ ਲੱਗ ਪਏ। ਜਿਹਨੂੰ ਕਹਿ ਦਿੰਦਾ ਵੀ ਜਿਉਂ ਪੈਂਦਾ, ਜਿਹਨੂੰ ਕਹਿ ਦਿੰਦਾ ਮਰ ਜਾਣਾ, ਇਹ ਬਹੁਤ ਵੱਡੀ ਗੱਲ ਆ। ਜਿਹੜੇ ਬਚਨ ਸੱਤ ਹੋਣੇ, ਕਿਉਂਕਿ ਜੰਗਲ 'ਚ ਤਪ ਕੀਤਾ ਸੀ, ਕਿਸੇ ਦੀ ਨਿੰਦਿਆ ਨਹੀਂ ਕੀਤੀ ਸੀ, ਕਿਸੇ ਦਾ ਝੂਠ ਨਹੀਂ ਬੋਲਿਆ, ਕੋਈ ਹੋਰ ਐਸੀ ਗੱਲ ਨਾ ਹੋਈ, ਭੁੱਖੇ ਧਿਆਏ ਰਹਿ ਕੇ ਤਪ ਕਰਦੇ ਰਹੇ, ਰਸਨਾ ਇੰਨੀ ਸੁੱਚੀ ਹੋ ਗਈ, ਰਸਨਾ 'ਚ ਬਰਕਤ ਪੈ ਗਈ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਇਹ ਪ੍ਰੋਗਰਾਮ ਸਾਰਾ ਸਾਲਾਨਾ ਵਰਸ਼ੀ ਮਨਾ ਰਹੇ ਹਾਂ, ਉਹਨਾਂ ਦਾ ਬਚਨ ਕਹਿੰਦੇ 12 ਸਾਲ ਕੋਈ ਵੀ ਮਨੁੱਖ, ਜਿੰਨੀ ਆਪਾਂ ਸੰਗਤ ਬੈਠੀ ਹਾਂ, 12 ਸਾਲ ਜੇ ਤੁਸੀਂ ਝੂਠ ਮਾਰਨੋਂ ਹਟ ਜਾਓ ਨਾ, ਝੂਠ ਅਤੇ ਨਿੰਦਿਆ ਕਰਨੋਂ ਹਟ ਜਾਓ, ਜੋ ਤੁਸੀਂ ਮੂੰਹ ਦੇ ਵਿੱਚੋਂ ਬਚਨ ਕਰੋਗੇ ਉਹ ਤੁਹਾਡਾ ਸੱਤ ਹੋਣ ਲੱਗ ਜਾਏਗਾ। ਆਖੋ ਸਤਨਾਮ। ਪਰ ਆਪਾਂ ਕੀ ਕਰਦੇ ਹਾਂ, 1 ਘੰਟੇ ਦੇ ਵਿੱਚ ਵੇਖ ਲਓ 60 ਮਿੰਟ ਹੁੰਦੇ ਆ, ਅਤੇ 60 ਮਿੰਟਾਂ 'ਚ ਆਪਾਂ 120 ਵੀ ਝੂਠ ਮਾਰ ਦਿੰਦੇ ਹਾਂ। ਆਹ ਜਿਹੜੇ ਸਾਡੇ ਜੇਬਾਂ 'ਚ ਮੋਬਾਈਲ ਪਾਏ ਆ, ਮੇਰੇ ਵੀ ਪਾਏ ਆ, ਤੁਹਾਡੇ ਵੀ ਪਾਏ ਆ, ਇਹ ਮੋਬਾਈਲ ਨਹੀਂ, ਇੱਕ ਝੂਠ ਮਾਰਨ ਦਾ ਸਮਝ ਲਾਇਸੈਂਸ ਹੀ ਮਿਲ ਗਿਆ ਆਪਾਂ ਨੂੰ। ਆਪਾਂ ਖੜ੍ਹੇ ਹੁੰਦੇ ਹਾਂ ਕੋਲੇ, ਕੋਈ ਫੋਨ ਕਰਦਾ ਵੀ ਕਿੱਥੇ ਆ ਗੁਰਮੁਖਾ, ਮੈਂ ਤਾਂ ਕਿਤੇ ਬਾਹਰ ਗਿਆ ਹੋਇਆ, ਭਾਵ ਇੱਕ ਲਾਇਸੈਂਸ ਆ। ਇਹਦੇ ਨਾਲ ਅਸੀਂ ਹਜ਼ਾਰਾਂ ਹੀ ਝੂਠ ਸੈਂਕੜਿਆਂ ਦੇ ਹਿਸਾਬ ਨਾਲ ਰੋਜ਼ ਮਾਰੀ ਜਾਂਦੇ ਹਾਂ। ਅਤੇ ਦੇਖੋ ਵੀ ਜੇ ਕਿਤੇ ਆਪਾਂ ਇੰਨਾ ਕੀ ਕੰਮ ਕਰ ਲਈਏ, ਜੇ ਬੰਦਾ ਝੂਠ ਮਾਰਨੋਂ ਹਟ ਜੇ ਤਾਂ ਪਰਮਾਤਮਾ ਦੀ ਉਹਦੇ 'ਤੇ ਖੁਸ਼ੀ ਹੋ ਸਕਦੀ ਆ। ਐਸੀ ਰਿੱਧੀ ਸਿੱਧੀ ਆਈ ਇਹਦੇ ਕੋਲ, ਭਗਤ ਫਰੀਦ ਜੀ ਦੇ ਕੋਲ 9 ਨਿੱਧਾਂ 18 ਸਿੱਧਾਂ ਨੇ ਵੀ ਬਚਨ ਪੂਰੇ ਹੋ ਜਾਣੇ, ਬੈਠੇ ਬੈਠਿਆਂ ਨੇ ਅਲੋਪ ਹੋ ਜਾਣਾ, ਸਰੀਰ ਦਾ ਆਪਦਾ ਦੇਹ ਪਲਟਾ ਲੈਣੀ, ਇਸ ਤਰ੍ਹਾਂ ਦੀਆਂ ਇਹ 18 ਸਿੱਧੀਆਂ ਨੇ। ਆਪਣੇ ਕੋਲ ਸਮਾਂ ਨਹੀਂ ਹੈ ਇੰਨਾ। ਜਦੋਂ ਇੱਥੋਂ ਇਹ ਕੌਤਕ ਵਰਤਿਆ ਅੱਗੇ ਗਏ, ਪਿਆਸ ਲੱਗੀ, ਇੱਕ ਬੀਬੀ ਜਿਹੜੀ ਸੀ ਨਾ 20-22 ਸਾਲ ਦੀ,
ਉਹ ਖੂਹ ਤੇ ਪਾਣੀ ਭਰ ਰਹੀ ਸੀ। ਉਹਦੇ ਕੋਲੇ ਜਾ ਕੇ ਯਾਚਨਾ ਕੀਤੀ ਕਿ ਬੀਬਾ ਜੀ ਮੈਨੂੰ ਪਾਣੀ ਦੀ ਘੁੱਟ ਪਿਆ ਦਿਓ। ਉਹ ਉਦੋਂ ਡੋਲ ਹੁੰਦੇ ਸਨ, ਬਾਲਟੀਆਂ, ਅੱਜ ਕੱਲ੍ਹ ਹੋਰ ਸਮਾਂ, ਆਪਣੇ ਮੋਟਰਾਂ ਲੱਗ ਗਈਆਂ, ਸਾਰਾ ਸਿਸਟਮ ਬਦਲ ਗਿਆ। ਅਤੇ ਉਹ ਡੋਲ ਭਰ ਭਰ ਕੇ ਗੁਰਮੁਖੋ ਪਾਣੀ ਦੇ ਡੋਲੀ ਜਾ ਰਹੀ ਆ, ਖੂਹ 'ਚੋਂ ਭਰਦੀ ਆ, ਡੋਲੀ ਜਾ ਰਹੀ ਆ ਥੱਲੇ। ਭਗਤ ਫਰੀਦ ਜੀ ਨੇ ਦੋ ਤਿੰਨ ਵਾਰੀ ਕਿਹਾ ਵੀ ਮੈਨੂੰ ਪਾਣੀ ਪਿਆ ਦੇ, ਪਾਣੀ ਪਿਆ ਦੇ। ਉਹਨੇ ਗੱਲ ਨਾ ਸੁਣੀ, ਪਾਣੀ ਭਰਿਆ ਕਰੇ, ਡੋਲ ਦਿਆ ਕਰੇ, ਕੱਢਿਆ ਕਰੇ, ਡੋਲ ਦਿਆ ਕਰੇ। ਜਦੋਂ ਇਹ ਇਉਂ ਹੋਇਆ ਅਤੇ ਜਦੋਂ 10-15 ਮਿੰਟ ਪਾਣੀ ਭਰੀ ਜਾਵੇ ਡੋਲ ਦੇ, ਜਦੋਂ ਇਹ ਸਾਰਾ ਕੁਛ ਕਰਕੇ ਹਟ ਗਈ, 10 ਕੁ ਮਿੰਟਾਂ ਬਾਅਦ ਕਹਿੰਦੀ ਲਓ ਭਗਤ ਜੀ ਹੁਣ ਪਾਣੀ ਪੀ ਲਓ। ਅਤੇ ਫਰੀਦ ਜੀ ਹੈਰਾਨ ਹੋ ਗਏ, ਕਹਿਣ ਲੱਗੇ ਵੀ ਮੈਂ ਕਦੋਂ ਦਾ ਪਾਣੀ ਮੰਗੀ ਜਾਂਦਾ, ਗੁੱਸੇ ਹੋ ਗਏ ਸਨ ਵੀ ਤੂੰ ਮੈਨੂੰ ਪਾਣੀ ਨਹੀਂ ਪਿਆਉਂਦੀ। ਅਤੇ ਉਹ ਕਹਿਣ ਲੱਗੀ ਵੀ ਤੇਰੀਆਂ ਚਿੜੀਆਂ ਨਹੀਂ ਵੀ ਜਿਹਨੂੰ ਕਹਿ ਦੇਗਾ ਵੀ ਮਰ ਜਾਓ ਅਤੇ ਮਰ ਜਾਣਗੀਆਂ, ਜਿਉਂ ਪੋ ਅਤੇ ਜਿਉਂ ਜਾਣਗੀਆਂ। ਹੈਰਾਨ ਹੋ ਗਏ ਭਗਤ ਫਰੀਦ ਜੀ ਵੀ ਇਹ ਜੰਗਲ 'ਚ ਕੌਤਕ ਵਰਤਿਆ, ਕੋਲੇ ਕੋਈ ਨਹੀਂ ਹੈ, ਇਸ ਬੀਬੀ ਨੂੰ ਕਿਵੇਂ ਪਤਾ ਲੱਗਿਆ? ਕਹਿੰਦੀ ਹੁਣ ਤੁਸੀਂ ਪਾਣੀ ਪੀ ਲਓ। ਕਹਿੰਦਾ ਹੁਣ ਪਾਣੀ ਮੈਂ ਬਾਅਦ 'ਚ ਹੀ ਪੀਵਾਂਗਾ, ਪਹਿਲਾਂ ਮੈਨੂੰ ਇਹ ਸਵਾਲ ਦਾ ਜਵਾਬ ਦੇ। ਫਿਰ ਉਸਨੇ ਦੱਸਿਆ ਕਿ ਕਹਿੰਦੀ ਮੈਂ ਪਾਣੀ ਤੈਨੂੰ ਪਹਿਲਾਂ ਤਾਂ ਨਹੀਂ ਪਿਆਇਆ ਵੀ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਸੀ, ਉਹ ਮੈਂ ਪਹਿਲਾਂ ਅੱਗ ਬੁਝਾ ਰਹੀ ਸੀ, ਕਿੱਥੇ ਘਰ ਆ, ਬੜੀ ਦੂਰ। ਇਹ ਤੇਰੇ ਕੋਲ ਸ਼ਕਤੀ ਕਿਵੇਂ ਆਈ, ਨਾਲੇ ਇਹ ਅੰਤਰਜਾਮਤਾ ਕਿਵੇਂ ਆਈ, ਤੈਨੂੰ ਪਤਾ ਕਿਵੇਂ ਲੱਗਿਆ? ਉਹ ਕਹਿੰਦੀ ਮੈਂ ਪਤੀ ਵਰਤਾ ਔਰਤ ਹਾਂ, ਮੈਂ ਆਪਦੇ ਪਤੀ ਦਾ ਕਦੇ ਵੀ ਮੂੰਹ ਨਹੀਂ ਫਿਟਕਾਰਿਆ, ਪਤੀ ਦੀ ਆਗਿਆਕਾਰ ਹਾਂ, ਦਾਸੀ ਬਣ ਕੇ ਸੇਵਾ ਕਰਦੀ ਹਾਂ, ਸਾਰੀ ਸ਼ਕਤੀ ਉੱਥੋਂ ਆਈ ਆ। ਇਹ ਸਾਰੀਆਂ ਗਿਆਨ ਦੀਆਂ ਗੱਲਾਂ ਕੀਤੀਆਂ ਗੁਰਮੁਖੋ। ਅਤੇ ਇਸ ਤੋਂ ਬਾਅਦ ਫਰੀਦ ਜੀ ਦੇ ਮਨ ਦੇ ਵਿੱਚ ਇੱਛਾ ਜਾਗੀ ਵੀ ਗਿਆਨਵਾਨ ਲੜਕੀ ਆ, ਇਹ ਤੋਂ ਗਿਆਨ ਲੈਣਾ ਚਾਹੀਦਾ। ਉਹਦੇ ਨਾਲ ਫਿਰ ਗਿਆਨ ਦੀਆਂ ਗੱਲਾਂ ਕਰਨ ਲੱਗ ਗਏ। ਉਸਨੇ ਆਖਿਆ ਵੀ ਤਪੱਸਿਆ ਦੇ ਨਾਲ, ਬੰਦਗੀ ਦੇ ਨਾਲ ਰਿੱਧੀਆਂ ਸਿੱਧੀਆਂ ਆ ਜਾਣਗੀਆਂ, ਮੰਗਾਂ ਪੂਰੀਆਂ ਹੋ ਜਾਣਗੀਆਂ, ਪਰ ਪਰਮਾਤਮਾ ਦੇ ਵਿੱਚ ਇਹ ਜੀਵ ਅਭੇਦ ਨਹੀਂ ਹੁੰਦਾ, ਜਿੰਨਾ ਚਿਰ ਇਹ ਗੁਰੂ ਧਾਰਨ ਨਹੀਂ ਕਰਦਾ ਪਰਮੇਸ਼ੁਰ ਨਹੀਂ ਇਹਨੂੰ ਮਿਲ ਸਕਦਾ। ਤੂੰ ਜੇ ਪਰਮੇਸ਼ੁਰ ਨੂੰ ਮਿਲਣਾ ਭਗਤਾ, ਕਿਸੇ ਗੁਰੂ ਨੂੰ ਧਾਰਨ ਕਰ। ਫਿਰ ਇਤਿਹਾਸ ਲੰਮਾ ਤੁਸੀਂ ਬਹੁਤ ਵਾਰੀ ਵਿਦਵਾਨਾਂ ਤੋਂ, ਮਹਾਂਪੁਰਖਾਂ ਤੋਂ ਸੁਣਿਆ। ਅਤੇ ਇਹਨਾਂ ਨੇ ਜਾ ਕੇ ਫਿਰ ਅਜਮੇਰ ਸ਼ਹਿਰ ਜਾ ਕੇ ਗੁਰੂ ਧਾਰਨ ਕੀਤਾ, ਉਹਨਾਂ ਦੀ ਸੇਵਾ ਕਰਦੇ ਰਹੇ 12 ਸਾਲ, ਜਿਵੇਂ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਭਗਤ ਫਰੀਦ ਜੀ ਨੇ ਵੀ ਸੇਵਾ ਕੀਤੀ। 12 ਸਾਲਾਂ ਬਾਅਦ ਫਿਰ ਐਸਾ ਕੌਤਕ ਵਰਤਿਆ, ਪਰਚੇ ਪੈਂਦੇ ਨੇ ਜਦੋਂ ਬੰਦਾ ਸੇਵਾ ਕਰਦਾ, ਐਸਾ ਪਰਚਾ ਪਿਆ। ਉਸ ਸਮਿਆਂ ਦੇ ਵਿੱਚ ਆਪਾਂ ਗੋਹੇ ਵਾਲੀ ਅੱਗ ਥੱਲੇ ਨੱਪ ਕੇ ਰੱਖਦੇ ਸੀਗੇ, ਅਤੇ ਇਹ ਵੀ ਆਪਦੇ ਗੁਰੂ ਨੂੰ ਤੱਤੇ ਠੰਡੇ ਪਾਣੀ ਦਾ ਇਸ਼ਨਾਨ ਕਰਾਉਂਦੇ ਸਨ। ਉਸ ਦਿਨ ਐਸਾ ਮੀਂਹ ਪਿਆ ਵੀ ਸਾਰਾ ਕੁਛ ਹੀ ਰੁੜ ਗਿਆ, ਵਿੱਚੇ ਅੱਗ ਰੁੜ ਗਈ, ਇੱਧਰੋਂ ਗੁਰੂ ਦੇ ਇਸ਼ਨਾਨ ਦਾ ਟਾਈਮ ਹੋਣ ਵਾਲਾ ਸੀ, ਦੇਖਿਆ ਵੀ ਸਾਰੇ ਚੁੱਲ੍ਹੇ 'ਚ ਪਾਣੀ ਭਰਿਆ ਪਿਆ, ਗੋਹਾ ਅੱਗ 'ਚ ਰੁੜਿਆ ਪਿਆ, ਹੁਣ ਅੱਗ ਹੈ ਨਹੀਂ, ਕਿਵੇਂ ਮਚਾਵਾਂ? ਇੱਧਰ ਉੱਧਰ ਦੇਖਿਆ ਘਰੇ ਅੱਗ ਜਲ ਰਹੀ ਸੀ। ਉਸ ਘਰੇ ਜਾ ਕੇ ਯਾਚਨਾ ਕੀਤੀ, ਉਹ ਵੇਸਵਾ ਦਾ ਘਰ ਸੀ। ਅਤੇ ਜਦੋਂ ਵੇਸਵਾ ਬਾਹਰ ਨਿਕਲੀ, ਫਕੀਰਾਂ ਵਾਲਾ ਚੋਲਾ ਪਾਇਆ, ਦੇਖਿਆ, ਕਹਿਣ ਲੱਗਾ ਮੈਨੂੰ ਅੱਗ ਚਾਹੀਦੀ ਆ, ਮੈਂ ਗੁਰੂ ਜੀ ਦਾ ਤੱਤਾ ਪਾਣੀ ਕਰਕੇ ਇਸ਼ਨਾਨ ਕਰਾਉਣਾ। ਉਹ ਕਹਿੰਦੀ ਅੱਗ ਤਾਂ ਮਿਲ ਸਕਦੀ ਆ, ਪਰ ਇਹਦੇ ਵੱਟੇ ਤੈਨੂੰ ਆਨਾ ਦੇਣਾ ਪਵੇਗਾ। ਉਹ ਕਹਿੰਦੀ ਮੇਰੇ ਉਹ ਕਹਿਣ ਲੱਗਾ ਮੇਰੇ ਕੋਲ ਆਨਾ ਹੈ ਨਹੀਂ, ਮੈਂ ਤਾਂ ਫਕੀਰ ਬੰਦਾ, ਜੇਬ 'ਚ ਪੰਜੀ ਨਹੀਂ ਰੱਖਦਾ। ਕਹਿੰਦੇ ਤੇਰੇ ਕੋਲ ਅੱਖ ਵਾਲਾ ਆਨਾ। ਦੇਖੋ ਉਹਨਾਂ ਨੇ ਅੱਖ ਵਾਲਾ ਆਨਾ ਦੇ ਕੇ ਅੱਗ ਲਿਆਂਦੀ, ਆਪਦੇ ਗੁਰੂ ਦਾ ਇਸ਼ਨਾਨ ਕਰਾਇਆ, ਗੁਰੂ ਦੀ ਖੁਸ਼ੀ ਲਈ, ਅਤੇ ਅੱਖ 'ਤੇ ਪੱਟੀ ਬੰਨ੍ਹੀ ਸੀ। ਗੁਰੂ ਖਵਾਜਾ ਚਿਸ਼ਤੀ ਕਹਿਣ ਲੱਗੇ ਵੀ ਆਹ ਅੱਖ 'ਤੇ ਕੀ ਬੰਨਿਆ ਭਗਤਾ? ਸੇਵਕਾ, ਅੱਖ 'ਤੇ ਕੀ ਬੰਨਿਆ ਫਰੀਦ? ਕਹਿੰਦੇ ਜੀ ਅੱਖ ਆਈ ਹੈ, ਗੁਰੂ ਨੇ ਬਚਨ ਕੀਤਾ, ਆਈ ਤਾਂ ਹੈ ਪਰ ਅੱਗੇ ਨਾਲੋਂ ਸਵਾਈ ਆ। ਆਖੋ ਸਤਨਾਮ। ਇਸ ਤਰ੍ਹਾਂ ਬਚਨ ਕਰਕੇ ਗੁਰੂ ਦੀ ਖੁਸ਼ੀ ਲਈ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋਏ। ਜਿੱਥੇ ਅੱਜ ਆਪਾਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਉੱਥੇ ਨਾਲ ਭਗਤ ਫਰੀਦ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਭਗਤ ਫਰੀਦ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਇਹ ਉਪਦੇਸ਼ ਮਿਲਦਾ ਕਿ ਬੰਦਿਆ ਤੂੰ ਇਸ ਦੇਹੀ ਦਾ ਹੰਕਾਰ ਨਾ ਕਰ, ਸਾਢੇ ਤ੍ਰੈ ਮਨ ਦਿਓਹਰੀ ਚੱਲੇ ਪਾਣੀ ਅੰਨ। ਕਹਿੰਦੇ ਤੇਰੇ ਸਾਹਮਣੇ ਅੱਖਾਂ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿੰਨੀ ਕੁ ਦੁਨੀਆ ਜਾ ਰਹੀ ਆ, ਤੂੰ ਵੀ ਦੇਖ ਲਾ
ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ, ਕਹਿੰਦੇ ਇਉਂ ਤੈਨੂੰ ਵੀ ਇੱਕ ਦਿਨ ਚੱਕ ਕੇ ਲੈ ਜਾਣਗੇ, ਰਸਦਾ ਹੰਕਾਰ ਨਾ ਕਰ। ਭਗਤ ਫਰੀਦ ਜੀ ਦੀ ਬਾਣੀ 'ਚੋਂ ਸਾਨੂੰ ਇਹ ਉਪਦੇਸ਼ ਮਿਲਦੇ ਆ ਵੀ ਬੁਰੇ ਦਾ ਵੀ ਭਲਾ ਕਰ, ਗੁੱਸਾ ਨਾ ਕਰਿਆ ਕਰ ਛੋਟੀ ਛੋਟੀ ਗੱਲ 'ਤੇ, ਕ੍ਰੋਧ ਨਾ ਕਰਿਆ ਕਰ। ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਭਗਤ ਫਰੀਦ ਜੀ ਦੀ ਬਾਣੀ 'ਚੋਂ ਸਾਨੂੰ ਇਹ ਉਪਦੇਸ਼ ਮਿਲਦਾ ਵੀ ਉਹ ਕੰਮ ਨਾ ਕਰ ਇਨਸਾਨ ਵੀ ਜਿਹੜੇ ਕੰਮ ਕਰਨ ਦੇ ਨਾਲ ਇੱਥੇ ਸਾਨੂੰ ਸ਼ਰਮਿੰਦਾ ਹੋਣਾ ਪਵੇ, ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਜਿੰਨੇ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜਿਹੜਾ ਅਖੀਰਲਾ ਸਲੋਕ ਆਉਂਦਾ ਭਗਤ ਫਰੀਦ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਜੇ ਤੈਨੂੰ ਜੀਵ ਪ੍ਰਭੂ ਪਰਮਾਤਮਾ ਦੇ ਮਿਲਣ ਦੀ ਚਾਹ ਹੈ, ਪਰਮਾਤਮਾ ਦੇ ਮਿਲਣ ਦੀ ਇੱਛਾ ਹੈ, ਕਹਿੰਦੇ ਇੱਕ ਕੰਮ ਨਾ ਕਰੀ, ਕਹਿੰਦੇ ਕਿਹੜਾ, ਕਿਸੇ ਦਾ ਦਿਲ ਨਾ ਦੁਖਾਈ। ਜੇ ਤਾਂ ਪ੍ਰਿਆ ਦੀ ਸਿੱਖ ਹਿਆਹੋ ਨਾ ਠਾਹੇ ਕਹੀ ਦਾ। ਇਹ ਅਖੀਰ ਵਿੱਚ ਭਗਤ ਫਰੀਦ ਜੀ ਦਾ ਸਲੋਕ ਆਉਂਦਾ, ਕਹਿੰਦੇ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ, ਜੇ ਕਿਸੇ ਦਾ ਦਿਲ ਦਿਖਾ ਦਿੱਤਾ ਚਾਹੇ ਤੂੰ ਫਿਰ ਤਪੱਸਿਆ ਕਰੀ ਜਾ, ਸੇਵਾ ਕਰੀ ਜਾ, ਬੰਦਗੀ ਕਰੀ ਜਾ, ਤੀਰਥਾਂ ਦੀ ਯਾਤਰਾ ਕਰੀ ਜਾ, ਜੇ ਕਿਸੇ ਦਾ ਦਿਲ ਦਿਖਾ ਦਿੱਤਾ ਫਿਰ ਪ੍ਰਭੂ ਪਰਮਾਤਮਾ ਦੀ ਤੂੰ ਖੁਸ਼ੀ ਨਹੀਂ ਲੈ ਸਕਦਾ। ਇਉਂ ਭਗਤ ਜੀ ਨੇ ਸੱਚੇ ਸੁੱਚੇ ਉਪਦੇਸ਼ ਦਿੱਤੇ। ਪੂਰੀ ਦੁਨੀਆ ਦੇ ਵਿੱਚ ਭਗਤ ਫਰੀਦ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਡੇ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਹੈ, ਜੋ ਕੱਲ੍ਹ ਨੂੰ ਨਗਰ ਕੀਰਤਨ, ਪਰਸੋਂ ਸਮਾਗਮ ਹੋਣੇ ਨੇ, ਲਗਾਤਾਰ ਨਿਰੰਤਰ ਪ੍ਰੋਗਰਾਮ ਚੱਲ ਰਹੇ ਨੇ। ਅਸੀਂ ਉਹਨਾਂ ਦਾ ਛੋਟਾ ਜਿਹਾ ਇਤਿਹਾਸ ਪੰਛੀ ਝਾਤ ਮਾਰੀ ਹੈ, ਕਿਉਂਕਿ ਵਿਸਥਾਰ ਨਹੀਂ ਆਪਾਂ ਕਰ ਸਕਦੇ, 15 ਮਿੰਟ ਸਾਡੇ ਪੂਰੇ ਹੋ ਚੁੱਕੇ ਆ। ਅਤੇ ਜਿੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਆਪਾਂ ਵਰਸੀ ਦਾ ਸਮਾਗਮ ਮਨਾ ਰਹੇ ਹਾਂ, ਉਹਨਾਂ ਦਾ ਹੀ ਬਚਨ ਹੈ ਕਿ ਕਿਸੇ ਵੀ ਭਗਤ ਦਾ ਕੋਈ ਦਿਨ ਹੋਵੇ, ਕਿਸੇ ਗੁਰੂ ਦਾ, ਨਾਨਕਸਰ ਦੇ ਵਿੱਚ ਇਹ ਬਾਬਾ ਜੀ ਨੇ ਮਰਿਆਦਾ ਬਣਾਈ ਹੋਈ ਆ, ਉਸੇ ਦਿਨ ਉਸੇ ਪ੍ਰਥਾਏ ਸਾਰਾ ਪ੍ਰਸੰਗ ਚੱਲਦਾ ਹੈ। ਸੋ ਬੜੇ ਬੜੇ ਹੋਰ ਮਹਾਂਪੁਰਖ ਆਪਣੇ ਵਿੱਚ ਮੌਜੂਦ ਨੇ, ਬਹੁਤ ਹੀ ਸਤਿਕਾਰਯੋਗ, ਜੋ ਬਾਬਾ ਬਲਵੰਤ ਸਿੰਘ ਜੀ ਨਾਨਕਸਰ ਸੁਖਮਣੀ ਸਾਹਿਬ ਵਾਲੇ, ਇਹ ਮੇਨ ਜਗ੍ਹਾ 'ਤੇ ਹਨ ਜਿੱਥੇ ਵੀ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿੰਨੀਆਂ ਵੀ ਸੰਗਤਾਂ ਨਾਨਕਸਰ ਜਾਂਦੀਆਂ ਸਨ, ਅਤੇ ਜਦੋਂ ਸਾਰੀ ਸੇਵਾ ਕਰ ਲੈਣੀ, ਡਿਊਟੀਆਂ ਨਿਭਾ ਦੇਣੀਆਂ ਪੂਰਨਮਾਸ਼ੀ ਵਾਲੇ ਦਿਨ, ਫਿਰ ਜਿੱਥੇ ਬਾਬਾ ਜੀ ਬੈਠਦੇ ਨੇ, ਬਾਬਾ ਬਲਵੰਤ ਸਿੰਘ ਜੀ ਹੁਣ ਸੁਖਮਣੀ ਵਾਲੀ ਜਗ੍ਹਾ 'ਤੇ, ਇੱਥੇ ਬਾਬਾ ਆਨੰਦ ਸਿੰਘ ਜੀ ਆ ਕੇ ਆਸਣ ਲਾਉਂਦੇ ਸਨ, ਇੱਥੋਂ ਸੰਗਤਾਂ ਨੂੰ ਖੁਸ਼ੀਆਂ ਅਤੇ ਪ੍ਰਸ਼ਾਦ ਦੇ ਕੇ ਤੋਰਦੇ ਸਨ। ਜਿਹੜੀ ਵੀ ਸੰਗਤ ਨਾਨਕਸਰ ਜਾਣ ਵਾਲੀ ਹੈ, ਅੰਦਰ ਸੇਵਾ ਕਰੋ, ਸਾਰੇ ਸਤਿਕਾਰਯੋਗ ਨੇ ਮਹਾਂਪੁਰਖ, ਪਰ ਇੱਥੇ ਹਾਜ਼ਰੀ ਜਾਂਦੇ ਹੋਏ ਮੱਥਾ ਟੇਕ ਕੇ ਭਰ ਕੇ ਜਾਇਆ ਕਰੋ, ਤਾਂ ਹੀ ਤੁਹਾਡੀ ਹਾਜ਼ਰੀ ਲੱਗਣੀ ਆ। ਬਾਬਾ ਬਲਵੰਤ ਸਿੰਘ ਜੀ ਬੈਠੇ ਨੇ, ਹੋਰ ਬੜੇ ਮਹਾਂਪੁਰਖ, ਬਹੁਤ ਹੀ ਸਤਿਕਾਰਯੋਗ ਸਾਡੇ ਮਿੱਤਰ ਬਾਬਾ ਪਵਨਦੀਪ ਸਿੰਘ ਜੀ, ਬਾਬਾ ਹਰਵਿੰਦਰ ਸਿੰਘ ਜੀ ਰੌਲੀ ਖਾਲਸਾ, ਉਹ ਵੀ ਬੈਠੇ ਨੇ, ਬਾਬਾ ਗੁਰਪ੍ਰੀਤ ਸਿੰਘ ਜੀ, ਹੋਰ ਅਨੇਕਾਂ ਮਹਾਂਪੁਰਖ, ਜੋ ਸਾਡੇ ਬੜੇ ਅਜੀਜ਼, ਬੜੇ ਪਿਆਰ ਵਾਲਾ ਜਥਾ, ਜੋ ਬਾਬਾ ਜਲੌਰ ਸਿੰਘ ਜੀ ਪੰਜ ਗ੍ਰਾਈ ਕਲਾਂ ਸੰਧੂ ਪੱਤੀ ਤੋਂ, ਜਿਹੜੀ ਅਸੀਂ ਸਜਾਵਟ ਦੇਖ ਰਹੇ ਹਾਂ, ਗੁਰੂ ਸਾਹਿਬ ਜੀ ਦਾ ਸਤਿਕਾਰ, ਪੰਜ ਪਿਆਰੇ ਸਜੇ ਹੋਏ ਆ, ਇਹ ਸਾਰੇ ਬਾਬਾ ਜਲੌਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਥੇ ਆ ਕੇ ਹਰ ਸਾਲ ਸੇਵਾ ਕਰਦੇ ਆ। ਸੋ ਗੁਰੂ ਮਹਾਰਾਜ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜੋ ਬਾਬਾ ਆਨੰਦ ਸਿੰਘ ਜੀ ਦਾ ਬਚਨ ਆ, ਕਹਿੰਦੇ ਭਾਈ ਜੇ ਜ਼ਿਆਦਾ ਨਹੀਂ ਹੈ, ਜਿਹੜਾ ਨਾਨਕਸਰ ਨੂੰ ਮੰਨਣ ਵਾਲਾ, ਕਹਿੰਦੇ ਛੋਟਾ ਜਿਹਾ ਹੀ ਬਚਨ ਮੰਨ ਲਓ, ਉਹਨਾਂ ਦੇ ਪਰਿਵਾਰ 'ਚੋਂ ਤੁਸੀਂ ਕੇਸ ਕਤਲ ਨਾ ਕਰਾਇਆ ਕਰੋ, ਆਖੋ ਸਤਨਾਮ ਸ੍ਰੀ ਵਾ, ਅੱਜ ਤੋਂ ਇਹ ਪਰਨ ਕਰਕੇ ਜਾਓ ਵੀ ਅਸੀਂ ਬਾਬਾ ਆਨੰਦ ਸਿੰਘ ਜੀ ਦੇ ਘਰ ਦੇ ਸੇਵਾਦਾਰ ਹਾਂ, ਅੱਜ ਤੋਂ ਬਾਅਦ ਅਸੀਂ ਕੇਸ ਕਤਲ ਨਹੀਂ ਕਰਾਉਣੇ, ਕੇਸਾਂ ਦੀ ਸੰਭਾਲ ਕਰਨੀ ਆ। ਅੱਗੇ ਫਿਰ ਆਪ ਹੀ ਮਹਾਰਾਜ ਬਰਕਤਾਂ ਪਾ ਦਿੰਦੇ ਨੇ, ਅੱਗੇ ਪੌੜੀਆਂ ਬੰਦਾ ਚੜ ਜਾਂਦਾ। ਸੋ ਇੱਥੇ ਭੁੱਲਾਂ ਚੁੱਕਾਂ ਦੀ ਖਿਮਾ ਭਾਈ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।